ਚਾਹ ਚੂ ਪਿਆ ਲੋ ਸਵੇਰ ਵਾਲੀ ਯਾਰ ਮੈਂ ਕਹਿੰਦਾ ਬਣ ਗਈ ਗਲਾਸ ਜੇ ਭਰੀ ਆਉਂਦੇ ਕਹਿੰਦੇ ਮਾੜਾ ਕਿਸੇ ਨੂੰ ਬਣਾਉਂਦੇ ਆ ਦੂਜਾ ਸੈਮੀ ਫਾਈਨਲ ਚ ਰਹਿ ਸਾਰਾ ਜੀ ਮੈਂ ਰਿਹਾ ਨਾ 2-0 ਹੋ ਗਏ ਸੱਚ ਨਾ 2-0 ਹੋ ਗਏ ਜੋਤ 2-0 ਸਕੋਰ ਜੀ ਪਤਾ ਹੀ ਨਹੀਂ ਤਾਂ ਯਾਰ ਵੀ ਕਿੰਨਾ ਲੱਗਦੇ 16-17 ਘੰਟੇ ਬੁਰਜ ਭਲਾਈ 17 ਘੰਟੇ ਲਾਈ ਵਧੀਆ ਚੱਲ ਪਹਿਲਾਂ ਮੇਰੇ ਕੋਲ ਦੇਖ ਲਾ ਛੇ ਕੁ ਮਹੀਨੇ ਹੋ ਗਏ 4-5 ਸਾਲ ਹੋ ਗਿਆ ਸਚਿਨ ਯਾਰ ਸਿਰਾ ਬਾਲ ਅੰਕਿਤ ਪਥਰੇੜੀ ਹਰ ਗਿਆ ਵੀਰੇ ਰਸਾਲੀਆ ਖੇੜਾ ਸੀ ਕੋਚ ਜੋਧਪੁਰੀਏ ਸੀ
ਕੱਪ ਨੇ ਇੱਕ ਬਣਾ ਲਓ ਇੱਕ ਤੇ ਦੋ ਬਣਾ ਪਹਿਲੇ ਹੀ 1/2 ਹੈ ਮੈਂ ਉਹਨਾਂ ਆਇਆ ਵੀ ਤੈਨੂੰ ਯਾਰ ਕੁੱਟਾ ਭਰਿਆ ਆ ਠੰਡੀ ਆ ਯਾਰ ਪੀ ਲੋ ਬਾਈ ਉਹ ਬੱਕੀ ਵੀ ਉਥੇ ਨਹੀਂ ਬਣਾਉਣੀ ਤੇਰਾ 500 ਆ ਮੈਨੂੰ ਯਾਦ ਕਰਾਈ ਗੂਗਲ ਪੇ ਕਰੂੰ ਜਾਂ ਜਾਂ ਜਦੋਂ ਉਹਨਾਂ ਨੇ ਦੇ ਤੇ ਉਹਨਾਂ ਨੂੰ ਤੇਰਾ ਰਹਿ ਗਿਆ ਬਾਕੀ ਨੂੰ ਕੌਣ ਜਿੱਤਦਾ ਯਾਰ ਇਹਨਾਂ ਚੱਲ ਹੀ ਆਏ ਦਾ ਕੰਮ ਇਹਨਾਂ ਦੇ ਉੱਪਰ ਮੇਰੇ ਹਿਸਾਬ ਨਾਲ 3-0 ਜਾਂ 2-0 ਪੂਰੀ ਤਕੜੇ ਲੱਗੇ ਮੈਚ ਤੇ ਟੀਮਾਂ ਸਾਰੀਆਂ ਹੈ ਕਿੰਨੀ ਤਰੀਕ ਆ ਉੱਥੇ ਮਿਣੀਆਂ ਤਾਂ ਉਹੀ ਆ ਮੈਂ ਕਹਿਣਾ ਨਾ ਵੱਡਾ ਦੇਖੀਏ ਤੀਜੇ ਚੌਥੇ ਦੀ ਫਾਈਨਲ ਦੀ ਲਾ ਕੇ ਭੇਜੂ ਹੁਣ ਬੋਲੂਗਾ ਮਾਈਕ ਆ ਗਿਆ ਪਲਟ ਜਾਂਦੀ ਹੈ ਕਈ ਵਾਰ ਜਵਾਨ ਆਸ ਕਮਾਂਡ ਵੀ ਕਹਿੰਦਾ ਹੋਣਾ ਵੀ ਕਿੱਥੇ ਪੰਗਾ ਲੈਂਦਾ ਇੱਕ ਤੇ ਪਤਾ ਨੀ ਲੱਗਦਾ ਬਾਲੀ ਵਾਲਿਆ ਸੰਗਰੂਰ ਵਾਲੇ ਬਾਰਡਰ ਦੇ ਏਰੀਏ ਦੇ ਹੈ ਔਰ ਪਿਆਰੇ ਵੀਰ ਸਾਡੀ ਜ਼ਿੰਦਗੀ ਦੇ ਭਰਾ ਸਾਡੇ ਲੰਮਾ ਪਿੰਡਾਂ ਤੈਅ ਕਰਕੇ ਆਏ ਹੈ ਜਿੱਦਾਂ ਹਾਰਾਂ ਜਿਹੜੀਆਂ ਉਹ ਮੇਰੇ ਵੀਰ ਇੱਕ ਕਰਮ ਦੇ ਹਿਸਾਬ ਤੇ ਗੱਲ ਹੁੰਦੀ ਹੈ ਜਿਹੜੀ ਜਿੰਨੀ ਕੁ ਮਿਹਨਤ ਹੁੰਦੀ ਹੈ ਤੇ ਉਹ ਇਨਸਾਨ ਉਹੀ ਜਿਹੀ ਮਿਹਨਤ ਦੇ ਨਾਲ ਜਿਹੜਾ ਅੱਗੇ ਵੱਲ ਨੂੰ ਕਦਮ ਪੁੱਟਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਚੈਣੇ ਵਾਲੀ ਇਹ ਮੁੰਡੇ ਵੀ ਇੱਕ ਬਹੁਤ ਵੱਡੇ ਪੱਧਰ ਦੇ ਪਲੇਅਰ ਹੈ ਗੱਲਾਂ ਬਾਤਾਂ ਇਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਹੁੰਦੀਆਂ ਨੇ ਔਰ ਮੈਂਡੀ ਸ਼ਰਮਾ ਕਲੱਬ ਚੈਣੇ ਵਾਲ ਬੜਾ ਪ੍ਰਸਿੱਧ ਕਲੱਬ ਆ ਮੇਰੇ ਵੀਰੇ ਉਧਰ ਵੀ ਭਾਈ ਦਿਲਪ੍ਰੀਤ ਕੈਨੇਡਾ ਕਲੱਬ ਜਿਹੜਾ ਵਾਰੇ ਕੇ ਇਹਨਾਂ ਮੁੰਡਿਆਂ ਦਾ ਵੀ ਨਾਂ ਜਿਹੜਾ ਬਹੁਤ ਵੱਡਾ ਮੁੰਡੇ ਜਿੱਥੇ ਜਿੱਥੇ ਖੇਡਦੇ ਆ ਸੰਗਰੂਰ ਵਾਲਾ ਜੋਤ ਆ ਜੋਤ ਸਕੇ ਜਾਂਦੇ ਆ ਕਿ ਅਸੀਂ ਆਏ ਹੋਏ ਆ ਇਹਦੇ ਵਿੱਚ ਜੋਤ ਆ ਬਾਲੀ ਵਾਲਾ ਜੋਤ ਰਾਜੇ ਗਰਾਊਂਡਾਂ ਦੇ ਵਿੱਚ ਮੁੰਡਿਆਂ ਦੇ ਜਿਹੜੇ ਬਾਕੀ ਬੋਲ ਬਾਲੇ ਵੱਡੇ ਪੱਧਰ ਦੇ ਉੱਤੇ ਆ ਜੱਜਨ ਸਤੀਰ ਵਾਲੀ ਪਿੰਡ ਦਾ ਆ ਵੱਡਾ ਮਾਲਾ ਸਾਡੀ ਖੇਡ ਵਾਲੀਬਾਲ ਦਾ ਤੇ ਨਾਈਨ ਪਹੁੰਚਿਆ ਹੋਇਆ ਇਧਰ ਚੌਂਟੀ ਆ ਪਈਏ ਵਾਲ ਪਿੰਡ ਦਾ
जिस भरा ने कहते वालीबाल की दुनिया का पहला मोटरसाइकिल जित के इतिहास रचे है इन्हां खेड दे ग्राउंडां दे विच तीन बराबर आ मेरे हिसाब नाल तीन बराबर वीरे मैच बोले ते गल्लां बड़ियां लगियां ते वीर कहिंदे वी ऐतकी दे साल जिहड़ा दसवें महीने च रौनक लगनी है ते नौवें महीने दे विच आईफोन 30 प्रो वाला मेला भी आना है गल्लां बातां उत्थे भी होणगियां ਬਾਰੇ ਕਾ ਵਰਸਜ ਚੈਣੇ ਵਾਲਾ ਮੈਚ ਆ ਜੀ ਹੁਣ ਦੀ ਬ੍ਰੈਕਿੰਗ ਸਕਟ ਰੱਖਦਾ ਦੇਖਣਾ ਨਾ ਆਉਂਦਾ ਕਮੈਂਟ ਪੜਨਾ ਗਲਤੀ ਹੋਈ ਪਹਿਲੇ ਥਲਾ ਉਹ ਜਨਾਬ ਪੈਰੀ ਹੱਥ ਵਾਲੀ ਗੱਲ ਨਹੀਂ ਉਹ ਐਵੇਂ ਫਿਰ ਬੈਠ ਕੇ ਲੋ ਜਾ ਕੇ ਕੀ ਕਰਨੀ ਕਮੈਂਟ ਤੱਕ ਜਾ ਰਿਹਾ ਪ੍ਰੋਸੈਸ ਮੈਂ पैसे लगते बहुत बड़ा धन्यवाद है एन आर आई भरा साडे वीरां दा जिहड़े वीरां वल्लों वड्डे मान सत्कार जिहड़े इन्हां प्लेयरां दे कीते जा रहे है अज दे इस वड्डे मेले दे उत्ते बाकी मुंडे ने डिफेंस करिया सी मुंडे ने कोई चक्कर नहीं माही ने जिहड़ी बाल दा मूहरे ही होना एक वड्डी गल आ बई भाई डिफेंस यार मुंडे दा भी बहुत वड्डा सी ਕਬੱਡੀ ਗੱਲਬਾਤ ਹੈ ਪਰ ਸਾਹਮਣੇ ਚੋਟੀ ਦੇ ਲਈ ਵੱਡੇ ਮਾਣ ਸਨਮਾਨ ਜਿਹੜੇ ਐਨ ਆਰ ਆਈ ਵੀਰਾਂ ਵੱਲੋਂ ਆ ਗਏ ਹੈਲੋ ਮਿੱਟਾ ਕਹੀ ਦਿੰਦੇ ਲਾਈ ਵਾਲੇ ਕਿੰਨੇ ਸਕੋਰ ਹੋ ਗਏ ਬਾਈ 4-2 ਸਕੋਰ ਆ ਵੀਰੇ 4 ਦਿਲਪ੍ਰੀਤ ਕਲੱਬ ਬਾਰੇਕਾ 2 ਮੈਂਡੀ ਸ਼ਰਮਾ ਕਲੱਬ ਚੈਣੇ ਵਾਲ 4-2 4-2 ਜੇ ਅੱਜ ਗਾਗਨ ਬੈਸਟ ਰਿਹਾ ਪਾਰਟੀ ਲੈ ਕੇ ਜਾਣੀ ਹੈ ਤੂੰ ਬਾਲ ਹੋਏ ਜੰਤੀ ਇਹ ਚਲੋ ਇਹ ਗੱਲ ਜਿੱਤੀ ਹੈ ਉਹ ਬਾਲ ਮੁੰਡਾ ਯਾਰ ਭਾਈ ਪਰਵਿੰਦਰ ਸਿਰਾ ਇੱਕ ਇੱਕ ਕੱਟਦੀ ਗੱਲ ਅੱਜ ਫਿਰ ਵਾਪਸ ਲੈ ਲਈ ਵਾਪਸ ਲੈ ਲਈ
ਕਹਿੰਦੇ ਬੋਲਣਾ ਬਾਈ ਮੈਚ ਦਲਾਲ ਬੋਲੋ ਮੈਚ ਬਾਈ ਕਹਿੰਦੇ ਕਮੇਡੀ ਵਾਲੇ ਕਹਿੰਦੇ ਹੈਲੋ ਲਾਓ ਇੱਧਰ ਮੈਚ ਜਿਹੜਾ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਸਤੀਰ ਵਾਲੀ ਪਿੰਡ ਦੇ ਸੱਜਣ ਨੇ ਐਨ ਵੱਡੀ ਮਿਹਨਤ ਕਰਕੇ ਇੱਕ ਬਹੁਤ ਵੱਡਾ ਰੁਤਬਾ ਜਿਹੜਾ ਹਾਸਲ ਕੀਤਾ ਹੈ ਇਹਨਾਂ ਖੇਡ ਦੇ ਗਰਾਊਂਡਾਂ ਦੇ ਵਿੱਚ ਮਾਹੀ ਵਰਗੇ ਵਿਕਾਸ ਵਰਗੇ ਮੁੰਡਿਆਂ ਦਾ ਜਿਹੜਾ ਬੋਲ ਪਹਿਲਾਂ ਪੂਰਾ ਮੇਰੇ ਵੀਰਿਓ ਖੇਡ ਦੇ ਗਰਾਊਂਡ ਦੇ ਵਿੱਚ ਰਮੇਸ਼ ਵੀ ਤਕੜਾ ਨੱਟ ਮੈਣਾ ਹੈ ਔਰ ਚਰਚਾ ਜਿਹੜੀ ਵੱਡੀ ਹੈ ਔਰ ਉੱਧਰ ਮੁੰਡਾ ਪਰਮ ਇੱਕ ਵੱਡੀ ਗਲਤੀ ਕਰ ਬੈਠਾ ਚਹਿਣੇ ਵਾਲੀ ਇਹ ਪਿੰਡ ਦਾ ਮੇਰੇ ਵੀਰਿਓ ਵੱਡਾ ਨੌਜਵਾਨ ਰਮੇਸ਼ ਕਿੱਥੇ ਹੈ ਰਮੇਸ਼ ਵੀ ਕਹਿੰਦਾ ਤਕੜਾ ਨੈਟ ਮੈਨ ਸਮਾਰ ਗਏ ਪਹਿਲਾਂ ਹੀ ਪੜ ਪਹਿਲਾਂ ਉਹਦੇ ਚਾਹ ਚੂ ਪੀ ਲਾ ਹੁਣ 20 ਬੰਦੇ ਸੁਣ ਗਏ ਇਸ ਗੱਲ ਨੂੰ ਲੈ ਬਹੁਤ ਵੱਡਾ ਧੰਨਵਾਦ ਮੈਂ ਕਰਦਾ ਸਾਡੇ ਵੀਰ ਗੁਰਾਂ ਦੇ ਲਾਲ ਦਾ ਔਰ ਪੀਟੀ ਕਰ ਰਿਹਾ ਸਾਡਾ ਵੀਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਧੰਨਵਾਦ ਕਰਦਾ ਔਰ ਰਮੇਸ਼ ਦੀ ਖੇਡ ਤੋਂ ਖੁਸ਼ ਹੋ ਕੇ ਸਾਡੇ ਭਰਾ ਨੇ ਉਹਦੇ ਇੱਕ ਜਿਹੜਾ ਸ਼ੇਅਰ ਲਿਖ ਦਿੱਤਾ ਹੈ ਰਮੇਸ਼ ਜਿਹੜਾ ਮੁੰਡਾ ਨੇੜੇ ਤੇ ਖੇਡ ਰਿਹਾ ਹੈ ਬੜੀ ਸੋਹਣੀ ਖੇਡ ਦਾ ਮਾਲਕ ਹੈ ਨਾਲ ਮਾਹੀ ਹੈ ਚੁੰਬਰ ਜਿਹਨੂੰ ਪਿਆਰ ਨਾਲ ਮਾਹੀ ਕਹਿੰਦੇ ਆ ਸਾਡਾ ਵੱਡਾ ਬਾਈ ਕਰਨਾ ਬੜਾ ਤਜਰਬਾ ਖੇਡ ਵਾਲੀਬਾਲ ਦਾ ਮੁੰਡੇ ਦੇ ਵਿੱਚ ਔਰ ਵਾਲੀਬਾਲ ਖੇਡ ਦਾ ਜਨੂੰਨ ਆ ਮੁੰਡੇ ਦੇ ਪਿੰਡੇ ਨੂੰ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਬੜੀ ਤਕੜੀ ਟੀਮ ਬਣੀ ਹੋਈ ਹੈ ਲੈ ਜੀ ਗੁਰਾਂ ਦੇ ਨਾਲ ਇੱਕ ਵਾਰੀ ਪੁਆਇੰਟ ਪੁੱਛੀ ਯਾਰਾ ਕਿੰਨੇ ਕਿੰਨੇ ਨੇ ਜੱਟ ਦੇ ਮੁੰਡਾ ਰੇਸ਼ਮ ਖੇਡਦਾ ਹੈ ਛੇ 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 ਤੇ ਦੋ ਦੀ ਟੱਕਰ ਹੈ ਜੀ ਛੇ ਦੋ ਸਕੋਰ ਆ ਵੀਰੇ ਆ ਮੈਚ ਜਿਹੜਾ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਔਰ ਚਰਚਾ ਵੱਡੀ ਹੈ ਔਰ ਇੱਧਰ ਦੇਖਣਾ ਜਾਂਦਾ ਹੈ ਲੋ ਗੱਲਾਂ ਜਿਹੜੀਆਂ ਟਿਕਾਣੇ ਲੱਗੀਆਂ ਹੋਈਆਂ ਬਾਕੀ ਥੋੜੇ ਜਿਹੇ ਸਮੇਂ ਨੂੰ ਜਿਹੜਾ ਦਿਨ ਚੜ ਜਾਣਾ ਹੈ ਔਰ ਲੋਕਾਂ ਨੇ ਵੀ ਕਹਿਣਾ ਵੀ ਆ ਕੱਲ ਦੇ ਲੱਗਿਆ ਤੇ ਹਾਲੇ ਤੱਕ ਲੋਟ ਹੀ ਨਹੀਂ ਆਇਆ ਇਹਨਾਂ ਦਾ ਕੁਛ ਤੇ ਨਿਪੜ ਨਿਬੜਾਈਆ ਹੋਇਆ ਨੀ ਇਹਨੂੰ ਸਮਝਾ ਲਓ ਮੁੰਡੇ ਸਿਮਰਾ ਸਰਪੰਚ ਗਰਨਾਲ ਦਾ ਫਿਰ ਐਂ ਕਰਦਾ ਅੰਕਿਤ ਹਰ ਗਿਆ ਵੀਰੇ ਇਹਦਾ ਬਣਾਈ ਬੈਠਾ ਪਹਿਲਾਂ ਹੀ ਅੰਕਿਤ ਹਾਰਾ ਬਾਈ ਬੀਮੇ ਸੇ ਕੋਚ ਸੇ ਬਾਈ ਰਸਾਲੀਆ ਖੇਡਾ ਸੇ ਬਹੁਤ ਤਕੜਾ ਖੇਡਿਆ ਭੀਮਾ ਸਾਹਮਣੇ ਕੋਈ ਸ਼ੱਕ ਨੀ ਵੀਰੇ ਬਹੁਤ ਵਧੀਆ ਖੇਡਿਆ ਹੈਲੋ ਸਨ ਮੈਂ ਸੁਧਾਰ ਸੁਧੀਰ ਗੁਰਾਂ ਦੇ ਨਾਲ ਕਮੈਂਟ ਦੱਸੇ ਪੁੱਛ ਕੇ ਕਿਹਨੇ ਕਿੰਨੇ ਬਾਈ ਮੈਨੂੰ ਲੱਗਦਾ ਚੇਂਜ ਹੀ ਆ ਨਾ ਬਾਈ ਦੁੱਖ ਹੀ ਆ ਚੇਂਜ ਹੀ ਆ ਭਾਜੀ ਠੀਕ ਹੈ ਜੀ ਲਾਓ 2 ਤੇ 6 ਦੀ ਟੱਕਰ ਆ 2 ਨੰਬਰ ਨੇ 3 ਤੇ 6 ਜੀ ਨੰਡੀ ਸ਼ਰਮਾ ਕਲੱਬ ਚੈਨੇ ਵਾਲੀ ਟੀਮ ਦੇ ਔਰ 6 ਨੰਬਰ ਨੇ ਜਿਹੜੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਗਾਂ ਦੀ ਟੀਮ ਦੇ ਅੱਡੋ ਅੱਡਾ ਫਰਕ ਹੈ ਉਧਰ ਚੈਨੇ ਵਾਲੇ ਪਿੰਡ ਦਾ ਗੁਰਜੀਤ ਹੈ ਨਾਲ ਮੈਂ ਤੱਕਦਾ ਬਈਆ ਉਹਦਾ ਜੋਟੀ ਹੈ ਇੱਕ ਵਧੀਆ ਟੀਮ ਜਿਹੜੀ ਤਿਆਰ ਕੀਤੀ ਹੋਈ ਹੈ ਨਾਲ ਸੁਖਦੀਪ ਹੈ ਔਰ ਗੱਲਾਂ ਹੁੰਦੀਆਂ ਨੇ ਬਾਬੇ ਦੀ ਖੇਡਦੀਆਂ ਨਿਰਤੇ ਮੁੰਡਾ ਪਰਮਾ ਹੈ ਬੜੀ ਚਰਚਾ ਹੈ ਮੁੰਡਿਆਂ ਦੀ ਬੜੀ ਚੜ੍ਹਾਈ ਹੈ ਔਰ ਸਾਹਮਣੇ ਅਗਲੀ ਸਰਵਿਸ ਕਰਨ ਦੇ ਲਈ ਪਈਆਲ ਦਾ ਜੋਟੀ ਜਿਹੜੇ ਸੰਗਰੂਰ ਦਾ ਖਿਡਾਰੀ ਤਿਆਰ ਬਰ ਤਿਆਰ ਹੈ ਟੀਮਾਂ ਵੀ ਬੜੀ ਤਕੜੀ ਹੈ ਹੱਦਾਂ ਸਰਹੱਦਾਂ ਤੇ ਵਸਿਆ ਪਿੰਡਾਂ ਮੇਰੇ ਮਿੱਤਰੋ ਔਰ ਸਾਹਮਣੇ ਦੇਖਾਂਗੇ ਕਿਹੜੇ ਖਿਡਾਰੀ ਨੇ ਸਫਲਤਾ ਜੋੜ ਦੇਣੀ ਹੈ ਆਪਣੀ ਟੀਮ ਦੇ ਲਈ ਔਰ ਖੇਡ ਦੇ ਮੈਦਾਨ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਵੀ ਪੱਠਿਆਂ ਚੋਂ ਤਾਤੀ ਗੁੰਮਣ ਦਾ ਸਾਡੇ ਘਰ ਵਿੱਚ ਪੈ ਜੇ ਸੋਕ ਜਿਹਾ ਤੇ ਬਿਜਲੀ ਦੇ ਬਿਲ ਆਉਣ ਦਾ ਸਾਨੂੰ ਭੈ
ਮਰਗਾਂ ਦੇ ਧੋਗ ਜਿਆ ਸਾਡੇ ਸਦਾ ਸੁਹਾਗਣ ਨਹੀਂ ਵਸਦੀ ਆ ਸਾਡੇ ਚੂੜੇ ਜਾਂਦੇ ਖਿੰਡ ਕੁੜੇ ਤੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਆਓ ਬੱਲੇ ਬੱਲੇ ਛੋਟਾ ਜਿਹਾ ਇੱਕ ਪਿੰਡ ਕੁੜੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ ਖੇਡਦੇ ਮੈਦਾਨ ਦੇ ਵਿੱਚ ਨਜ਼ਾਰਾ ਕਹਿੰਦੇ ਵੱਖਰਾ ਦੁਨੀਆ ਤੱਕ ਰਹੀ ਹੈ ਪਈਆ ਉਹਦੇ ਜੋਟੀ ਨੇ ਟਰਾਈ ਕੀਤੀ ਹੈ ਆ ਵੀ ਜੋਟੀ ਦੇ ਆ ਨੰਬਰ ਜੋੜ ਗਿਆ ਤੇ ਗੱਲ ਅਗਲੀ ਟਿਕਾਣੀ ਹੈ ਰਖਾ ਲੋਕਾਂ ਨੂੰ ਪਤਾ ਦੇ ਲੱਗੇ ਵੀ ਗੱਡੀ ਕਿਹੜੀ ਗੱਲ ਕਰਕੇ ਮਿਲੀ ਹੈ ਔਰ ਗੁਰਜੀਤ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਲੈ ਵੀ ਜੱਸੀ ਨੰਬਰ ਦੱਸੀ ਪੰਜ ਤੇ ਛੇ ਪੰਜ ਛੇ ਹੋ ਗਏ ਵੀਰੇ ਪੰਜ ਤੇ ਛੇ ਦੀ ਜਿਹੜੀ ਟੱਕਰ ਆ ਗਰਾਊਂਡ ਦੇ ਵਿੱਚ ਹੈ ਟੱਪਾ ਓਕੇ ਜੀ ਉਧਰ ਸਾਡੇ ਐਨ ਆਰ ਆਈ ਭਰਾ ਕਹਿੰਦੇ ਆ ਵੀਰ ਸਾਡੇ ਜੇ ਸੱਜਣ ਸਤੀਰ ਵਾਲੀ ਪਿੰਡ ਦਾ ਟੱਪਾ ਪਾ ਕੇ ਤੇ ਨੰਬਰ ਜੋੜਦਾ ਤੇ 500 ਦਿੱਤਾ ਜਾਵੇਗਾ ਬਹੁਤ ਵੱਡਾ ਧੰਨਵਾਦ ਆ ਸਾਡੇ ਵੀਰਾਂ ਦਾ ਔਰ ਜਦੋਂ ਤੋਂ ਮੈਚ ਸ਼ੁਰੂ ਹੋਏ ਆ ਤੇ ਭਰਾਵਾਂ ਨੇ ਕਹਿੰਦੇ ਹਰ ਇੱਕ ਪਿੰਡ ਦਾ ਇੱਕ ਵੱਡਾ ਮੁੱਲ ਪਾਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਖੇਡਦੇ ਗਰਾਊਂਡਾਂ ਦੇ ਵਿੱਚ ਮੈਚ ਜਿਹੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਪਰ ਆਹ ਵਿਕਾਸ ਹੈ ਜਿਹੜੇ ਨੇ ਹੁਣ ਗਲਤੀ ਕਰ ਦਿੱਤੀ ਹੈ ਔਰ ਨੇੜੇ ਰਹਿਣ ਵਾਲੇ ਸਰ ਕੋਚ ਜੋਧਪੁਰੀ ਤੋਂ ਰਸਾਲੀਆ ਖੇਡਦੇ ਜਿੱਤੀ ਆ ਸੈਮੀ ਵੀਰੇ ਬੜਾ ਤਕੜਾ ਮੈਚ ਲੱਗਿਆ ਕਮਲਪ੍ਰੀਤ ਉਹ ਤਾਂ ਬਾਈ ਤੂੰ ਮਿਸ ਕਰ ਗਿਆ ਮੈਚ ਸੱਤ ਸੇ ਹੋ ਗਏ ਵੀਰੇ ਸੱਤ ਚੈਣੇ ਵਾਲ ਛੇ ਬਾਰੇ ਦਾ ਲੱਗਦਾ ਵੀ ਤੈਨੂੰ ਗੱਡੀ ਚ ਨਹੀਂ ਲਿਜਾਂਦੇ ਕਿਹੜੇ ਹਿਸਾਬ ਨਾਲ ਗਲਤੀਆਂ ਦੋ ਤਿੰਨ ਕਰ ਗਿਆ ਮਿੱਤਰਾ ਪਹਿਲਾਂ ਵੀ ਤੇਰੀ ਬਾਲ ਆਊਟ ਜਾਂਦੀ ਜਾਂਦੀ ਉਹਨਾਂ ਨੇ ਰੋਕ ਲਈ ਹੈ ਤੇ ਮਿੱਤਰਾ ਇੱਕ ਅੱਧੀ ਗਲਤੀ ਹੋਰ ਕਰ ਗਿਆ ਤੇ ਮੈਨੂੰ ਪੱਕਾ ਯਕੀਨ ਆ ਵੀ ਤੈਨੂੰ ਗੱਡੀ ਚ ਵੀ ਆ ਜੀ ਕੋਈ ਬੱਸ ਚੜ ਕੇ ਮਿੱਤਰਾ ਔਰ ਗੱਲਾਂ ਹੋਣ ਗਈਆਂ ਸੱਤ ਦੇ ਛੇ ਦੀ ਟੱਕਰ ਹੈ ਇੱਕ ਪੁਆਇੰਟ ਦੀ ਲੀਡ ਬਣਾ ਲਈ ਆ ਮੁੰਡਿਆਂ ਨੇ ਜਿਹੜੀ ਟੀਮ ਜਿੱਤ ਗਈ ਤੇ ਅੱਗੋਂ ਰਾਇਸਰ ਵਾਲੇ ਡੀਕਦੇ ਆ ਵੀ ਆ ਜਾਓ ਲੰਘੋਗੇ ਕਿਹੜੇ ਪਾਸੇ ਦੀ ਆ ਸੱਤ ਦੇ ਛੇ ਦੀ ਟੱਕਰ ਆ ਮੇਰੇ ਮਿੱਤਰੋ ਮੈਚ ਟਿਕਾਣੇ ਦਾ ਵੀ 64 ਫੁੱਟ ਥਾਂ ਵਿੱਚ 12 ਖੜਦੇ ਅੱਜ ਦੇਖੀ ਚੰਦ ਕਿਵੇਂ ਨਵੇਂ ਚੜਦੇ ਔਰ ਨਵਾਂ ਪਰਨਾ ਰਿਕਾਰਡ ਤੇ ਪੁਰਾਣਾ ਟੁੱਟੂਗਾ ਅੱਜ ਕਲਾਲੇ ਦਾ ਮੇਲਾ ਦੇਖੋ ਕੌਣ ਲੁੱਟੂਗਾ ਪੈਣਗੀਆਂ ਸ਼ਾਟਾਂ ਤੇ ਸਮੈਸ਼ ਵੱਜੂਗੀ ਹੁਣ ਗੱਲ ਮਿੱਤਰੋ ਟਿਕਾਣੇ ਲੱਗੂਗੀ ਹੁਣ ਗੱਲ ਮਿੱਤਰੋ ਟਿਕਾਣੇ ਲੱਗੂਗੀ ਆਹ ਕੌਣ ਬਣ ਲਊਗਾ ਟਿਕਾਣੇ ਵਾਹ ਮੁੰਡਿਆ ਨਹੀਂ ਉਹਦੀ ਸਾਥੇ ਦੀਆਂ ਬਾਲ ਜਿਹੜੀ ਕਮਾਲ ਦੀ ਬੋਲ ਗਿਆ ਮੋੜ ਗਿਆ ਖਿਡਾਰੀ ਔਰ ਨੰਬਰ ਜਿਹੜਾ ਤਗੜਾ ਜੋੜ ਗਿਆ ਆਪਣੀ ਟੀਮ ਦੇ ਲਈ ਲੈ ਵੀ ਜੱਸੀ 8 ਹੋ ਗਏ ਨਾ ਪੁਆਇੰਟ 8-6 8 ਤੇ 6 ਦਾ ਮੁਕਾਬਲਾ 2 ਪੁਆਇੰਟਾਂ ਦੀ ਲੀਡ ਔਰ ਸਾਹਮਣੇ ਨੰਬਰ 9 ਤੇ ਮੈਨੂੰ ਲੱਗਦਾ ਵੀ ਸਾਈਡਾਂ ਚੇਂਜ ਹੋ ਚੁੱਕੀਆਂ ਨੇ 9 ਨੰਬਰ ਨੇ ਮਹਿੰਦੀ ਸ਼ਰਮਾ ਸਾਡਾ ਵੀਰ ਹਰਿਆਮ ਖੇੜੇ ਵਾਲਾ ਉਹ ਭਰਾ ਨੇ ਟੀਮ ਜਿਹੜੀ ਸ਼ਿੰਗਾਰੀ ਆ ਵੱਡਾ ਥਾਪੜਾ ਲਾਇਆ ਤੇ 6 ਨੰਬਰ ਨੇ ਦਿਲਪ੍ਰੀਤ ਗਿੱਲ ਸਾਡਾ ਬਾਈ ਵਸਦਾ ਕੈਨੇਡਾ ਦੇ ਵਿੱਚ ਉਹਦੀ ਸ਼ਿੰਗਾਰੀ ਹੋਈ ਟੀਮ ਹੈ 6 ਪੁਆਇੰਟ ਉੱਧਰ ਨੇ 9 ਤੇ 6 ਦੀ ਟੱਕਰ ਆ ਖੇਡਦੇ ਮੈਦਾਨ ਦੇ ਵਿੱਚ ਔਰ ਪਈਆਂ ਦੇ ਜੁੱਤੀ ਨੇ ਜੁੱਤੀਆਂ ਲਾ ਕੇ ਤੇ ਇੱਕ ਸਾਈਡ ਤੇ ਕਰ ਦਿੱਤੀਆਂ ਨੇ ਵੀ ਜੁੱਤੀਆਂ ਦਾ ਕੀ ਹੈ ਜੀ ਔਰ ਜੁੱਤੀਆਂ ਵਿਚਾਰੀਆਂ ਤੇ ਜੁੱਤੀਆਂ ਨੇ ਜੁੱਤੀਆਂ ਜੁੱਤੀਆਂ ਵੈਰੀ ਦੀਆਂ ਹੋਰ ਤੇ ਭਾਵੇਂ ਯਾਰ ਦੀਆਂ ਜੁੱਤੀਆਂ ਗਰਮੀ ਸਰਦੀ ਤੋਂ ਪਹਿਰਾ ਨੂੰ ਬਚਾਉਂਦੀਆਂ ਤੇ ਕਈ 9-6 ਤੋਂ ਸਾਈਡਾਂ ਦੇ ਰਿਹਾ ਜੀ 9-6 ਜੁੱਤੀਆਂ ਔਰ ਲੁੱਚਾ ਲਫੰਗਾ ਜਦੋਂ ਕੋਈ ਕੁੜੀਆਂ ਨੂੰ ਛੇੜਦਾ ਤੇ ਕੁੜੀਆਂ ਝੱਟਦੇ ਨੇ ਪੈਰਾਂ ਚੋਂ ਉਤਾਰਦੀਆਂ ਜੁੱਤੀਆਂ ਬਈ ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ ਆਓ ਚੰਗਾ ਮਾੜਾ ਕੁਝ ਨਹੀਂ ਵਿਚਾਰਦੀਆਂ ਜੁੱਤੀਆਂ ਲੀਡਰਾਂ ਨੂੰ ਜ਼ਿੰਦਗੀ 'ਚ ਕਦੇ ਕਦੇ ਪੈਂਦੀਆਂ ਤੇ ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ ਮੰਦਰ ਮਸਜਿਦ ਗੁਰਦੁਆਰੇ ਤੋਂ ਸਦਾ ਬਾਹਰ ਲੰਘ ਕੇ ਜਾਂਦੇ ਆ ਤੇ ਸਿਰ ਚੱਕੀ ਫਿਰਦੇ ਹੰਕਾਰ ਦੀਆਂ ਜੁੱਤੀਆਂ ਨਾ ਦਿਸਣ ਨਾ ਸੁਣਦਾ ਖੜਾਕ ਭਾਈ ਇਹਨਾਂ ਦਾ ਵੱਜਦੀਆਂ ਜਦੋਂ ਪਰ ਵਰਤ ਕਾਰ ਦੀਆਂ ਜੁੱਤੀਆਂ ਕਨੇਡਾ ਅਮਰੀਕਾ ਆਸਟ੍ਰੇਲੀਆ ਦੇ ਟੂਰ ਜਦੋਂ ਚਾਹੀਦਾ ਤੇ ਯਾਰ ਬੇਲੀ ਮੰਗਦੇ ਨੇ ਬਾਹਰ ਦੀਆਂ ਜੁੱਤੀਆਂ ਪਰ ਸੌ ਰੱਬ ਦੀ ਮੈਨੂੰ ਅੱਜ ਵੀ ਨੇ ਬੜੀਆਂ ਚੇਤੇ ਆਉਂਦੀਆਂ ਜੋ ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ ਜੋ ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ ਫਾਉਲ ਹੋ ਗਿਆ ਤੇ ਸਰਬ ਜਿਹੜੀ ਚੀਜ਼ ਹੈ 9 ਨੰਬਰ ਨੇ
चैनी वाहू की टीम दे और छे नंबर जेडे मैं टक रहा भी है आओ बारिकों की टीम दे शतीर वाली पिंड का सज्जन खेलता है इधर पहिया का ज्योति है और गुरु का लाल गल करूगा चलते हुए मैच की गुरलाल जैमल सिंह वाला जी मैं लाना सच इंस्टाग्राम पे फैन फॉलोइंग चंगी है मैं तो चलाई नहीं इंस्टाग्राम आए फेसबुक पे स्टोरी है अच्छा बड़ी घट इंस्टाग्राम चला हां जी ओ बार ओए जंटी हेलो इधर मैं जड़ा बड़ा सोना खेडा जा रहा है खेड़ दे मैदान दे विच बाकी यार बंदे नंबर जड़े जोड़ने पैने हैं और मैच मैं देखता भी कोई ज्यादा फर्क नहीं है और फर्क तो जरा थोड़ा ही है तो फर्क कटिया भी जा सकता है वह भी बारे के पिंड के मुंडे है तो मेले उन्होंने भी बड़े जिते अचकी दे साल तो चर्चा चैने पिंड की भी जी ग्राउंडा के रही है नाइया खेड़ मैदान के अंदर पर उधर एक नंबर होर जाने की टीम के खाते के जा जुड़े है खेड़ ग्राउंड के उधर साइडा कई बार मुंडिया ने इधर उधर कर लिया ने नाइया ना हूँ करने अर्गे हूँ बल्ले बल्ले करा खेड़ के मैदान के तजर्बे है और संघर्ष मुंडिया ने जेड़ा बहुत किया है पर सचन सतीर वाली पिंड है वीर वालों भी वड्डे ऐलान है जे मुंडा टप्पा पाता तो वड्डे मान किए जाएंगे एन आर आई भरावान वालों भी परदेसी वसन वाले हो गए आओ कदे वतनी फेरा पा लेना होर कुछ चेते भावे ना रखना एक मिट्टी अपनी भुल्यो ना एक चेते अपनी मां रखना आ दूजा सैमी खेडा जा रहा है पहला वाले सैमी दे विचों रायसर दे पिंड दे मुंडे आओ जिहड़ी बाजी मारी है और मुंडिया नूं मड़ा गरारा कर ला जसी वीरे स्कोर दस्यो 10 स्कोर चैने वाले दे वीरे 6 स्कोर बारे के दे इंद्रजीत वीरे लागी करके आ मुंडिया पिंड बड़ी दूरी तय करके आए ने अपने को और उ सारे एन आर आई वीर का सारे नगर का समुची ग्राम पंचायत का बहुत वाडा धन्यवाद कर रहा है अज के उसके टूरनामेंट के लिए विकास ने कोई ट्राई वखरी करनी है फिर गल्लां होणगियां भी सूरज तां रहिंदे ही यारो रोज ढलदे है पर सूरमे जो अपनी ही चाल चलदे है कुछ वखरा करांगे इस जग तों आओ बागी जोगियां दी वखरी जमात हुंदी आ ते गल्लां भी उहनां दी हुंदियां आओ जिन्हां विच कोई गल्लबात हुंदी है ते भाई यार इक ताड़ी जग्गे लई मार दो जोरदार देखो किड्डी तगड़ी बाल मोड़ के गया मुंडा पहला और जग्गा मुंडा सत्त नंबर दी जर्सी दे विच पर सामने नंबर मैनूं लगदा भी सत्त होवे किवें सिमरे समझिया नहीं गल मैं जर्सी सत्त होवे ना सत्त दस सत्त दस हो गए स्कोर वीरे सत्त बारे का दस चैने वाल रस लिया ठीक है ठीक है जी 500 जगे 500 का वाडा मान आया साढ़े एन आर आई वीर वालों
आप बाल मोड़ी है और आप बाल तो खुश होकर जगे दली है माही दे 500 का वड्डा मान सम्मान जो आया है और माही की जर्सी पाई क्योंकि मुंडा महेंद्र धोनी का है एक कट्टर फैन है ओदा नाम मुंडे का जग्गा है भी जग्गा जमया ते मिलन बधाइया आओ पट्टा होया डाके मार रहा है पारा जग्गा कहने वालीबाल की दुनिया का वड्डा मालर लोगों के दिलों के डाके मार रहा चौधर है दस के सत की टक्कर अगली सरबजोड़ी कर दी है चैने वाले पिंड के सुखदीप ने मेरे मित्रों अपने आप ना खबी खान खवाना इतो कोई नंबर नहीं जुड़िया सारे मेले तेन कल लाभे देंगे ये गल याद रख ली है एक अभी बाल से फरदे परमिया दुनिया के शक वट खादिया पता जिंदिया भी चीजा चाहता जिंदगी च सारिया ने मिल जांदिया आओ पता जिंदिया भी चीजा चाहता जिंदगी च सारिया ने मिल जांदिया मैच तगड़ा गुरंदर लाल गल करूंगा चलते मैच की अंकित पथरेड़ी हर गया ही वीरे हर गया ही जी फोन दे मस्सर लड़ी जांदा है बारह छे हो गए मेरे ख्याल ना दो लग गए तेरह छे हो गए मेरे सत्त ने जी मणि ले चकवां और भाई साढ़े इंद्रजीत धालीवाल जी कनेडा कलाल माजरे वाले उन्होंने वालों चक माफी वाले मनी के लिए वड्डा मान सम्मान जिहड़ा पहुंचा 500 रुपए के नाल मनी का मान किया साढ़े इंद्रजीत धालीवाल जी कनेडा वाले जिन्हों का कलाल माजरा पिंड है वड्डा मान किया साढ़े मनी का बहुत वड्डिया मुबारक ने मैच भी बड़ा वधिया खेडा जा रहा है लाई 13 सत्त का पॉइंट दसी फोटो सिमरे के फोन सेव है फोटो का वाल पेपर बना के दिता जाएगा परम जी फोटो सिमरे के फोन सेव की हुई उन्हें परसनल तौर पर सामने पेश की जाएगी और नंबर एक हो जुड़ गया किन्ने हो गए जी 15 7 ठीक है जी आप भी ले लो मैसेज कर दूंगा
ਖੇਡੇ ਹੋਣਗੇ ਮਾੜਾ ਮੋਟਾ ਜਿਹੜਾ ਬੰਦਾ ਖੇਡਦਾ ਓ ਗੋਡ ਯਾਰ ਪਰ ਮੈਂ ਬਹੁਤ ਸਿਰ ਯਾਰ ਲਾਸਟ ਪੁਆਇੰਟ ਆ ਗਿਆ ਜੀ ਚਣੇ ਵਾਲਾ ਲਾਸਟ ਪੁਆਇੰਟ ਐ ਅਗਲਾ ਜਿੰਨੇ ਨਾ ਵੈਰੀ ਗੁੱਡ ਪਹਿਲਾ ਨੰਬਰ ਜੋੜਿਆ ਬੰਦੇ ਨੇ ਆਪਣੀ ਟੀਮ ਦੇ ਲਈ ਹੁਣ ਤੱਕ ਦਾ ਸੱਤਵਾਂ ਬਣਦਾ ਦਸਵੇਂ ਤੋਂ ਲੈ ਕੇ ਸਾਰੇ ਮੇਰੇ ਨੰਬਰ ਆ ਸੱਤਵਾਂ ਹੀ ਲਾਸਟ ਨੰਬਰ ਦੀ ਹੋਰ ਹੁਣ ਰਾਇਸਰ ਦੀ ਟੀਮ ਆ ਗਈ ਨੇੜੇ ਵੀਰੇ ਜੇਤੂ ਵਰਸ ਰਾਇਸਰ ਦਾ ਮੈਚ ਆ ਫਾਈਨਲ ਮੈਚ ਬਾਕੀ ਆਪਣੇ ਕੋਲ ਰੈਸਟ ਹੋਵੇਗੀ ਨਾਲ ਦੀ ਨਾਲ ਹੀ ਫਾਈਨਲ ਮੈਚ ਸ਼ੁਰੂ ਕਰ ਦਿੱਤਾ ਜਾਵੇਗਾ ਇਧਰ ਲਾਸਟ ਨੰਬਰ ਹੈ ਮੈਂਡੀ ਸ਼ਰਮਾ ਕਲੱਬ ਚੈਨੇਆਲ ਦੀ ਟੀਮ ਦਾ ਜੀ ਤੇਰੇ ਪਿੰਡ ਕਿਹੜੇ ਮਹੀਨੇ 'ਚ ਲਾਉਣੀ ਆ ਸਿਮਰੇ ਰੌਣਕਾਂ ਫਿਰ ਸਰਪੰਚ ਸਾਹਿਬ ਮਿਲ ਜੂ ਵੀਰੇ ਮਿਲ ਜੂ ਨੰਬਰ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੀ ਅੰਕਿਤ ਪਥਰੇੜੀ ਦਾ ਨੰਬਰ ਮਿਲ ਜਾਣਾ ਜੀ ਨੰਬਰ ਉਹਦੀ ਤਾਰਾ ਪਾਲੀ ਵਾਲਾ ਆਲ ਵਰਲਡ ਦੇ ਨੰਬਰ ਮਿਲ ਜਾਣਗੇ ਜੀ ਆਲ ਵਰਲਡ ਪਲੇਅਰ ਦੇ ਨੰਬਰ ਮਿਲ ਜਾਣਗੇ ਜੀ ਕੋਈ ਕੋਈ ਚੱਕਰ ਨਹੀਂ ਜੇ ਬਾਰੇਗਾ ਦੀ ਟੀਮ ਜਿੱਤ ਗਈ ਪਵਨ ਬਾਰੇਗਾ ਕਹਿੰਦਾ 1100 ਦੇ ਦਿਆਂਗੇ ਲਓ ਜੀ ਵੀਰੇ ਚੈਣੇਆਲ ਦੀ ਟੀਮ ਜਿੱਤ ਚੁੱਕੀ ਹੈ ਜੀ ਚੈਣੇਆਲ ਚੈਣੇਆਲ ਵਰਸਸ ਰੈਸਰ ਦੀ ਟੱਕਰ ਹੋਣੀ ਆ ਫਾਈਨਲ ਚ ਵੀਰੇ ਚੀਤਾ ਸਿੰਘ ਵਾਲੇ ਦੀਆਂ ਟੀਮਾਂ ਦੋਨੋਂ ਪਹੁੰਚੀਆਂ ਫਾਈਨਲ ਚ ਜੀ ਔਰ ਸੈਮੀਫਾਈਨਲ ਮੈਚ ਲੂਜ਼ ਕਰ ਗਏ ਨੇ ਖਿਡਾਰੀ ਬਹੁਤ ਤਗੜਾ ਖੇਡੇ ਆ ਜਲਦੀ ਦੇ ਨਾਲ ਲਾਲਾ ਪੂਰੀ ਹੋ ਗਿਆ ਫਾਈਨਲ ਵਿੱਚ ਮੇਰੀ ਬੇਨਤੀ ਹੈ ਮੈਂ ਵੀ ਪਰਮ 10 ਮਿੰਟ ਦੀ ਰੈਸਟ ਹੈ ਸਚਨ ਸਟੀਰ ਵਾਲੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਵੇ ਸਚਨ ਸਚਨ ਆਈ ਮੇਰਾ ਵੀਰ ਫਾਈਨਲ ਮੈਚ ਬਾਕੀ ਆ ਜੀ ਆਪਣੇ ਕੋਲੇ ਸਚਨ ਇਧਰ ਸਤੰਬਰ ਚ ਠੀਕ ਆ ਸਿਮਰੇ ਠੀਕ ਆ ਜੀ ਠੀਕ ਹੈ ਜੀ ਅੱਜ ਇੱਕ ਜੱਗੇ ਦਾ ਅਸੀਂ ਸਨਮਾਨ ਆਪਣਾ ਵੀ ਪਹੁੰਚਦਾ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਸਹੀ ਤਾਂ ਆਪਾਂ ਸਹੀ ਕਰਾਵਾਂਗੇ ਮੈਚ ਜਾ ਚੁੱਕੀ ਜਾਣ ਦੇ ਮੁੰਡੇ ਸਹੀ ਆ ਰਾਜੇ ਹਾਂ ਹਾਂ ਕਰਾ ਦੋ ਆਇਆ ਨੀ ਕਮੈਂਟ ਕੋਈ ਯਾਰ ਉਹ ਆਈਡੀ ਰਾਜੇ ਕਿਹੜੀ ਫਾਈਟ ਚੱਲ ਰਹੀ ਆ ਤੂੰ ਕਿਹੜੇ ਸ਼ਹਿਰ ਚ ਬਾਂਦਾ ਦੱਸੀ ਰਾਜੇ ਸਮਾਨ ਸਮੂਨ ਭੇਜਣਾ ਹੁੰਦਾ ਖਾਣ ਪੀਣ ਨੂੰ